ਜੇ ਅੱਜ ਫੀਮ ਹੋਵੇ ਬਾਈ ਜੀ 100 ਸਾਲ ਬੰਦਾ ਕੰਮ ਕਰ ਲੇ ਫੀਮ ਖਾ ਕੇ ਉਹ ਫੀਮ ਦਿਮਾਗਦਰੋਸਤ ਕਰਦੀ ਆ ਸਾਡੀਆਂ ਮਾਵਾ ਪ੍ਰਾਣੀਆਂ ਸਾਡੀਆਂ ਜਿਹੜੀਆਂ ਸੀ ਨਾ ਬਜ਼ੁਰਗ ਬੀਬੀਆਂ ਉਹ ਦੁੱਧ ਦੇ ਲਾ ਕੇ ਬੱਚੇ ਨੂੰ ਚਗਾ ਦਿੰਦੇ ਸੀ ਫੀਮ ਔਰ ਉਹਦਾ ਦਿਮਾਗੀ ਵਿਕਾਸ ਔਰ ਸਰੀਰਕ ਬੰਤਰ ਬੜੀ ਸੋਹਣੀ ਹੁੰਦੀ ਸੀ ਉਹਨਾਂ ਨੇ ਸਿਰਫ ਸਾਡੇ ਲੋਕ ਇਹ ਮੰਨ ਲੈਂਦੇ ਆ ਵੀ ਯਾਰ ਜੇ ਸਰਕਾਰ ਨੇ ਕਿਹਾ ਪੰਜਾਬ ਕੋਈ ਨਮਰਦ ਸੂਬਾ ਕੋਈ ਕੰਗਾਲ ਸੂਬਾ ਗਰੀਬ ਸੂਬਾ ਨਹੀਂ ਦੁਨੀਆ ਤੇ ਰਾਜ ਕਰ ਸਕਦੀ ਐ ਇਹੋ ਜੀ ਧਰਤ ਹੈ 150 ਮਨ ਦਾਣੇ ਪੈਦਾ ਕਰਨ ਵਾਲੀ ਧਰਤੀ ਅੱਜ ਖਤਮ ਹੁੰਦੀ ਜਾ ਰਹੀ ਹੈ ਕਿਉਂ ਕਿ ਅਸੀਂ ਲੀਡਰ ਸਿਰਫ ਦਿੱਲੀ ਵਾਲੇ ਦੇ ਕਹਨਤੇ ਚੁੰਦੇ ਜਦਨ ਆਪਦਾ ਦਿਮਾਗ ਲਾ ਕੇ ਚੁੰਨਣ ਲੱਗੇ ਨਾ ਤੇ ਆ ਦੁਨੀਆ ਤੇ ਅੱਜ ਵੀ ਰਾਜ ਖਾਲਸਾ ਅੱਜ ਵੀ ਰਾਜ ਪੰਜਾਬ ਕਰਕੇ ਵਿਖਾਊਗਾ ਪਰ ਲੋਕਾਂ ਨੂੰ ਸਮਝਣਾ ਪਊਗਾ ਵੀ ਤੁਹਾਡੇ ਤਾਂ ਕਮਲੇ ਬੱਚੇ ਮਰਦੇ ਜਾ ਰਹੇ ਆ ਤੁਹਾਨੂੰ ਘਰ ਘਰ ਕੈਂਸਰ ਵੰਡੀ ਜਾਂਦੇ ਹਜੇ ਤੁਸੀਂ ਉਹਨਾਂ ਲੋਕਾਂ ਨੂੰ ਵੋਟਾਂ ਪਾਉਣੀਆਂ ਇਹ ਕਰਕੇ ਜੇ ਕਿਤੇ ਲੋਕ ਸਾਡੀਆਂ ਗੱਲਾਂ ਨੂੰ ਸਮਝ ਲੈਣ ਸ਼ਰਾਬ 80% ਕਾਰਨ ਉਹਨ ਹਰ ਕਥਾਂ ਦੇ ਬੰਦਾ ਫੈਰ ਕਰਦਾ ਲਲਕਾਰੇ ਮਾਰਦਾ ਘਰੇ ਚ ਉਲਟੀਆਂ ਕਰਕੇ ਧੀਆਂ ਦੀ ਅੱਧ ਘਰ ਵਾਲੇ ਜ਼ਿੰਦਗੀ ਨਰਕ ਬਣਾਈ ਹੋਈ ਹੈ ਸ਼ਰਾਬੀਆਂ ਨੇ ਜਿਹੜੇ ਵੱਡੇ ਸ਼ਰਾਬੀ ਹੈ ਜਿਹੜਾ ਕੋਈ ਦੋ ਪੈਗ ਲਾਉਂਦਾ ਉਹਨਾਂ ਦੀ ਗੱਲ ਨਹੀਂ ਕਰਦਾ ਵੱਡੇ ਗੰੰਤੀ ਸ਼ਰਾਬੀਆਂ ਦੀ ਹੈ ਔਰ ਉਹ ਇੰਨੀ ਮਾੜੀ ਜਿਹਨੇ ਹਾਲਾਤ ਪੈਦਾ ਕੀਤੇ ਸਮਾਜ ਚ ਉਹ ਸਾਡੀ ਸਰਕਾਰ ਕਹਿੰਦੀ ਨਸ਼ਾ ਨਹੀਂ ਇਹਨੂੰ ਚਲਾਉਣਾ ਹੀ ਚਲਾਉਣਾ ਅਸੀਂ ਕਿਉਂਕਿ ਸਾਨੂੰ 5200 ਕਰੋੜ ਇਸ ਸ਼ਰਾਬ ਤੋਂ ਆਉਂਦਾ ਅਸੀਂ ਕਹਿੰਨੇ ਵੀ ਜੇ 5200 ਕਰੋੜ ਦੇ ਲਾਲਚ ਪਿੱਛੇ ਤੁਸੀਂ ਐਡੀ ਮਾੜੀ ਚੀਜ਼ ਚਲਾ ਸਕਦੇ ਹੋ ਆ ਤੁਹਾਨੂੰ ਅਸੀਂ 70000 ਕਰੋੜ ਅੰਕੜਿਆ ਤਰ ਦੇਵਾਂਗੇ ਕਮਾ ਕੇ ਇਹ ਖੇਤੀ ਲਾਗੂ ਕਰਕੇ ਦਿਖਾਓ ਅਸੀਂ ਅੱਜ ਉਸ ਗੱਲ ਨੂੰ ਕਹਿੰਨੇ ਵੀ ਖੇਤੀ ਹੋ ਜਾ ਲੱਗ 70000 ਕਰੋੜ ਕਿਵੇਂ ਤੁਸੀਂ 70 ਤੁਸੀਂ 70000 ਕਰੋੜ ਦੀ ਗੱਲ ਕਰ ਰਹੇ ਹੋ ਇਹ ਸਿਰਫ ਕਈ ਵਾਰ ਇਹ ਹੁੰਦਾ ਨਾ ਕਿ ਜਦੋਂ ਆਪਾਂ ਕਿਸੇ ਚੀਜ਼ ਤੇ ਗੱਲ ਕਰਦੇ ਹਾਂ ਪਰ ਹਵਾਈ ਗੱਲ ਕਰਦੇ ਆ ਜਿਵੇਂ ਲੀਡਰ ਵੀ ਬਾਈ ਕਰ ਦਿੰਦੇ ਹੁੰਦੇ ਹਨਾ ਕਿ ਵੋਟਾਂ ਤੋਂ ਪਹਿਲਾਂ ਗੱਲਾਂ ਕੁਝ ਹੋਰ ਹੁੰਦੀਆਂ ਜਿਵੇਂ ਤੁਸੀਂ ਮਾਨ ਸਾਹਿਬ ਦੀ ਗੱਲ ਕਰੀਏ ਵੋਟਾਂ ਤੋਂ ਪਹਿਲਾਂ ਤੁਸੀਂ ਮੈਨੂੰ ਵੀਡੀਓ ਵੀ ਦਿਖਾ ਰਹੀ ਸੀ ਆਪ ਦੀ ਕਿ ਉਹ ਗੱਲਾਂ ਕਰ ਰਹੇ ਸੀ ਪਰ ਜਦੋਂ ਸੱਤਾ ਦੇ ਵਿੱਚ ਆਏ ਉਦੋਂ ਅਜਿਹਾ ਤੁਸੀਂ ਕਹਿ ਰਹੇ ਹੋ ਕੁਝ ਨਹੀਂ ਹੋਇਆ ਹਜੇ ਤੱਕ 1.5 ਸਾਲ ਤੱਕ ਉਹ ਜਦੋਂ ਤੁਸੀਂ 70000 ਕਰੋੜ ਦੀ ਗੱਲ ਕਰੀਆ ਠੀਕ ਆ 70000 ਕਰੋੜ ਅੱਜ ਤੁਸੀਂ ਕਹਿ ਰਹੇ ਹੋ ਪਰ ਇਸ ਚੀਜ਼ ਦੀ ਸ਼ੋਰਟੀ ਕੀ ਆ ਇਸ ਚੀਜ਼ ਦੇ ਤੱਥ ਕੀ ਆ ਕਿ ਜੇਕਰ ਇਹ ਲਾਗੂ ਹੁੰਦੀ ਆ ਪੰਜਾਬ ਦੇ ਵਿੱਚ ਜਾਂ ਠੇਕੇ ਪੰਜਾਬ ਦੇ ਵਿੱਚ ਖੁੱਲਦੇ ਨੇ ਤਾਂ 70000 ਕਰੋੜ ਦਾ ਰੈਵਨਿਊ ਸਰਕਾਰ ਨੂੰ ਆਊਗਾ ਹੀ ਜਾਊਗਾ 100% ਇਹੀ ਹਾਂ ਬਹੁਤ ਵੱਡੀ ਗੱਲ ਹੈ ਕਿਉਂਕਿ ਹਵਾ 'ਚ ਗੱਲਾਂ ਹੋ ਜਾਂਦੀਆਂ ਅਸੀਂ 9 ਸਾਲ ਤੋਂ ਲੱਗੇ ਆ ਇਸ ਮੁੱਦੇ ਤੇ ਪੀ ਐਚ ਡੀ ਕਰਤੀ ਹੋਣੀ ਆ ਜੀ ਹਰ ਇੱਕ ਜਿਹੜੇ 13000 ਸਾਡੇ ਤਕਰੀਬ ਪਿੰਡ ਹੈ ਔਰ ਵੱਡੇ 22 ਸ਼ਹਿਰਾਂ 'ਚ ਅਸੀਂ ਕੋਈ ਵਿਆਹ ਜੇ ਹਲਕਾ ਨਹੀਂ ਛੱਡਿਆ ਜਿੱਥੇ ਅਸੀਂ ਗੇੜਾ ਨਾ ਮਾਰਿਆ ਹੋਊਗਾ ਕਹਿਣ ਦਾ ਕਿ ਭਾਬ ਵੀ ਹਰ ਇੱਕ ਪਿੰਡ ਚ 200 ਤੋਂ 250 ਬੰਦਾ ਜਿਹੜਾ ਅੰਦਰ ਖਾਤੇ ਕੋਈ ਖੁੱਲ ਕੇ ਕੁਛ ਲੋਕ ਛਪ ਕੇ ਮਰੀਜ਼ ਬਣੇ ਹੋਏ ਆ ਸ਼ਰਾਬ ਪੋਸਟ ਸਮੈਕ ਟੀਕੇ ਗੋਲੀਆਂ ਦੇ 65 ਲੱਖ ਤੋਂ ਉੱਪਰ ਅੰਕੜਾ ਪੰਜਾਬ ਦੇ ਵਿੱਚ ਯਾਰੇ ਖੇਤੀ ਲਾਗੂ ਕਰ ਲੋਏ ਕੁਝ ਵੀ ਨਹੀਂ ਪੰਜਾਬ ਚ ਬਿਮਾਰੀ ਰਹਿਣੀ ਨਾਲੇ ਲੋਕ ਕੰਮ ਕਰਦੇ ਹੋਏਣਗੇ ਬਲੱਡ ਕੈਂਸਰ ਅਟੈਕ ਇਹ ਸਾਰੀਆਂ ਬਿਮਾਰੀਆਂ ਫੀਮ ਨਾਲ ਦੂਰ ਹੁੰਦੀਆਂ ਬਿਮਾਰੀਆਂ ਦੂਰ ਕਰਨ ਵਾਲੀ ਚੀਜ਼ ਪ੍ਰਚਾਰੀ ਨਹੀਂ ਜਾ ਰਹੀ ਜੇ ਤੁਸੀਂ ਕਹਿੰਦਾ ਇਹਦੀ ਖੇਤੀ ਹੋ ਜੇ ਨਾ ਤੇ ਚਿੱਟਾ ਪਾ ਲਿਆ ਗਲੀ ਜ ਲੈ ਲੈ ਤੁਰੇ ਫਿਰਨ ਵੀ ਲੈ ਲੋ ਯਾਰ ਕੋਈ ਤਾਂ ਲੈ ਲੋ ਵਾਲੀਆਂ ਲੈਣੀਆਂ ਵਾਟੋਕ ਹੋਣੀ ਆ ਕੁੱਟ ਮਰ ਹੋਣੀ ਘਰਾਂ 'ਚ ਵੜ ਕੇ ਲਲਕਾਰੇ ਮਾਰਨੇ ਔਰ ਚਿੱਟੇ ਦੇ ਨਾਲ ਰੋਜ ਹੁੰਦੀਆਂ ਮੌਤਾਂ ਸੇਰੇ ਬੰਨ ਬੰਨ ਤੋੜਦੀ ਨਾ ਬੰਦ ਹੁਣ ਤੇ ਮੈਂ ਅੱਜ ਵੀ ਤੁਹਾਨੂੰ ਲਿਖ ਕੇ ਦਿਨਾ ਐਗਰੀਮੈਂਟ ਯਾਰਜਪਲਾਂ ਚੌਂਕ ਚ ਗੋਲੀ ਮਰਾ ਲਿਓ ਕਿਉਂਕਿ ਅਸੀਂ ਵੇਖਿਆ ਅਸੀਂ ਹੰਡਾਇਆ 50 50 ਸਾਲ ਮੇਰੇ ਸਾਹਮਣੇ ਮੇਰੇ ਦਾਦੇ ਵਰਗਿਆਂ ਨੇ ਸਾਡੇ ਬਜ਼ੁਰਗਾਂ ਨੇ ਫੀਮ ਖਾਧੀ ਆ ਪੈਲੀਆਂ ਦੁੱਗਣੀਆਂ ਕੀਤੀਆਂ ਮਰੇ ਸਿਰਫ ਉਹ ਆ ਜਿਹੜੇ ਗੋਲੀਆਂ ਵਾਲੇ ਸੀ ਜਾਂ ਟੀਕੇ ਵਾਲੇ ਸੀ ਸ਼ਰਾਬਾਂ ਵਾਲੇ ਸੀ ਇਹਦੇ ਨਾਲ ਤਾਂ ਇਹਨੂੰ ਗਲਤ ਗਾਈਡ ਕੀਤਾ ਹੈਗਾ ਜੇ ਅਸੀਂ ਫੀਮ ਮਿਲਣ ਲੱਗ ਜੇ ਤਾਂ ਤੋੜ ਤੁਹਾਨੂੰ ਮੈਂ ਬੰਦ ਹੁੰਦੇ ਵਿਖਾਉਂਗਾ ਚਿੱਟੇ ਵਾਲਿਆਂ ਦੀ ਚਿੱਟਾ ਸਸਤਾ ਮਿਲਦਾ 2 ਲੱਖ ਗਰੀਬ ਦੀ ਪਹੁੰਚ ਤੋਂ ਬਾਹਰ ਹੈ ਇਹ ਸਿਰਫ ਲੀਡਰਾਂ ਦੇ ਖਾਣ ਜੋਗ ਰਹਿ ਗਈ ਪਰ ਜਿੰਨਾਂ ਵਿਚਾਰੇ ਮਜ਼ਦੂਰਾਂ ਨੇ ਬਜ਼ੁਰਗਾਂ ਨੇ ਅੱਜ ਸਰੀਰ ਪਾਲਣੇ ਐ ਇੰਨੀ ਮਹਿੰਗੀ ਹੋ ਗਈ ਖਰਾਕ ਨਾ ਤਾਂ ਕੋਈ ਦੁੱਧ ਲੈਣ ਜੋਗੇ ਨਾ ਘੋਲ ਲੈਣ ਜੋਗੇ ਨਾ 200 ਕਿਲੋ ਨੂੰ ਸੇਵ ਲੈਣ ਜੋਗੇ ਫਿਰ ਉਹ ਵਿਚਾਰੇ ਗੋਲੀਆਂ ਗਾਲੀਆਂ ਖਾ ਕੇ ਮਿਹਨਤਾਂ ਕਰਦੇ ਬੱਚੇ ਪਾਲਦੇ ਔਰ ਸਰੀਰ ਉਹਨਾਂ ਦੇ ਜ਼ਹਿਰੀ ਹੋ ਗਏ ਸਾਰੇ ਬਿਮਾਰੀਆਂ ਨਾਲ ਯੋਗਤ ਹੋ ਗਏ